ਸੁਨਹਿਰੇ ਅੱਖਰ ਨੇ ਆਪਣੇ ਪ੍ਰਕਾਸ਼ਨਾਂ ਦੇ 15 ਵਰੇ ਪੂਰੇ ਕਰਨ ਤੇ ਜਰਨਲਿਸਟ ਕਲੱਬ ਰਜਿਸਟਰ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਅਤੇ ਪੱਤਰਕਾਰਾਂ ਤੇ ਸਮਾਜਿਕ ਸਰੋਕਾਰ ਵਿਸ਼ੇ ਤੇ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਬੁਲਾਰੇ ਸ੍ਰੀ ਪਵਨ ਹਰਚੰਦ ਪੁਰੀ ਸਨ। SDM ਮਲੇਰਕੋਟਲਾ ਡਾਕਟਰ ਪ੍ਰੀਤੀ ਯਾਦਵ ਅਤੇ ਉਪ ਕਪਤਾਨ ਪੁਲਿਸ ਸ੍ਰੀ ਯੋਗੀ ਰਾਜ ਵਿਸ਼ੇਸ਼ ਮਹਿਮਾਨ ਸਨ। ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਪੁਲਿਸ ਮੁਲਾਜ਼ਮਾਂ ਜਿਨ੍ਹਾਂ ਵੱਲੋਂ ਡਿਊਟੀ ਦੌਰਾਨ ਵਧੀਆ ਸੇਵਾਵਾਂ ਨਿਭਾਈਆਂ ਹਨ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਬਣਿਆ ਰਹਿੰਦਾ ਅਤੇ ਜਿਹੜੀ ਪ੍ਰੈਸ ਹੈ ਉਹ ਸਮਾਜਿਕ ਕੁਰੀਤੀਆਂ ਦੇ ਉੱਤੇ ਨਜ਼ਰ ਰੱਖਦੀ ਹੈ, ਪ੍ਰਸ਼ਾਸਨ ਉਹਨਾਂ ਨੂੰ ਜਿਹੜਾ ਟਾਈਮ ਟਾਈਮ 'ਤੇ ਜਿਹੜਾ ਜੋ ਬਣਦਾ ਸਹਿਯੋਗ ਦਿੰਦਾ। ਬਿਲਕੁਲ ਹੋਣੇ ਚਾਹੀਏ ਜੀ, ਪ੍ਰੈਸ ਕਲੱਬ ਇੱਕ ਬਹੁਤ ਹੀ ਹਮ ਕਹਿਤੇ ਹੈ ਕਿ ਫੋਰਥ ਵਿੰਗ ਡੈਮੋਕ੍ਰੇਸੀ ਕਾ ਜਰਨਲਿਸਟ ਹੋਤੇ ਹੈ, ਓਪੀਨੀਅਨ ਮੇਕਰ ਵੀ ਉਨਕੋ ਕਹਾ ਜਾਤਾ ਹੈ। ਤੋ ਐਸੇ ਪ੍ਰੋਗਰਾਮ ਸੇ ਇੱਕ ਆਪਸੀ ਵੋ ਤੋ ਬੜਤਾ ਹੀ ਹੈ ਐਡਮਿਨਿਸਟ੍ਰੇਸ਼ਨ ਜਰਨਲਿਜ਼ਮ ਕਾ, ਔਰ ਓਪੀਨੀਅਨ ਸੇ ਇੱਕ ਦੂਸਰੇ ਕੇ ਕਿਆ ਵਿਚਾਰ ਹੈ ਵੋ ਵੀ ਹਮ ਆਪਸ ਮੇਂ ਸ਼ੇਅਰ ਕਰਦੇ ਹੈ। ਜਿਹੜਾ ਕਿ ਆਪਸੀ ਪਿਆਰ ਵਧਾਉਣ ਦੇ ਮੰਤਵ ਨਾਲ ਹੀ ਇਹ ਕੱਢਿਆ ਗਿਆ ਗੁਲਦਸਤਾ, ਜਿਹਦੇ 'ਚ ਇੱਕ ਡਾਇਰੈਕਟਰੀ ਵੀ ਹੈ। ਔਰ ਮੈਨੂੰ ਇਸ ਤੋਂ ਵੱਧ ਹੋਰ ਖੁਸ਼ੀ ਹੋ ਰਹੀ ਹੈ ਕਿ ਸਾਰਾ ਪ੍ਰਸ਼ਾਸਨ ਵੀ ਇੱਥੇ ਸੀ, SDM ਸਾਹਿਬ ਵੀ ਇੱਥੇ ਸੀ, ਔਰ DSP ਸਾਹਿਬ ਵੀ ਇੱਥੇ ਸੀ, ਜਿਹਦੇ ਕਰਕੇ ਸਾਰਾ ਇਹ ਪ੍ਰੋਗਰਾਮ ਮੇਰੇ ਖਿਆਲ ਮੁਤਾਬਕ ਬੜਾ ਸਫਲ ਹੋਇਆ ਇਹ। ਪੱਤਰਕਾਰੀ ਔਰ ਜਿਹੜੀ ਛੋਟੀ ਪੱਤਰਕਾਰੀ ਹੈ ਇਹਦੇ ਬਾਰੇ ਜਿਹੜੇ ਸਪਸ਼ਟ ਵਿਚਾਰ ਦਿੱਤੇ, ਇਹ ਆਪਣੇ ਆਪ ਵਿੱਚ ਖਾਸ ਮਹੱਤਵਪੂਰਨ ਗੱਲ। ਪੱਤਰਕਾਰੀ ਖੇਤਰ ਦੇ ਵਿੱਚ ਹੋਰ ਸੱਚ ਬੋਲਣ ਦੀ ਲੋੜ ਹੈ। ਦੇਖੋ ਤੁਸੀਂ ਸੱਚ ਬੋਲੋਗੇ ਥੋੜ੍ਹੇ ਬਹੁਤੇ ਕਸ਼ਟ ਤਾਂ ਝੱਲਣੇ ਪੈਂਦੇ। ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਰਟ, ਚੈਨਲ 2।